ਅੱਜ ਤੋਂ ਕਰੀਬ 3 ਸਾਲ ਪਹਿਲਾਂ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣਨ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ 'ਚ ਸ਼ਹੀਦ ਪਰਿਵਾਰਾਂ ਦੇ ਲਈ ਇੱਕ ਪ੍ਰੋਗਰਾਮ ਕੀਤਾ ਸੀ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਬੋਲਿਆ ਸੀ ਕਿ ਉਹ ਸ਼ਹੀਦ ਪਰਿਵਾਰਾਂ ਦੇ ਲਈ ਰੈੱਡ ਕਾਰਡ ਬਣਵਾ ਕੇ ਦੇਣਗੇ, ਜਿਸ 'ਤੇ ਉਹਨਾਂ ਨੂੰ ਕਈ ਸਹੂਲਤਾਂ ਵੀ ਮਿਲਣਗੀਆਂ। ਪਰ 3 ਸਾਲ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੂੰ ਹਾਲੇ ਤੱਕ ਰੈੱਡ ਕਾਰਡ ਦਾ ਲਾਭ ਤਾਂ ਕੀ ਰੈੱਡ ਕਾਰਡ ਹੀ ਨਹੀਂ ਮਿਲੇ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਚਰਨਜੀਤ ਕੌਰ ਨੇ ਦੱਸਿਆ ਕਿ 1992 'ਚ ਉਹਨਾਂ ਦੇ ਪਤੀ ਪੰਜਾਬ ਪੁਲਿਸ 'ਚ ਬਤੌਰ ASI ਇੱਕ ਵੱਡੇ ਮੁਕਾਬਲੇ 'ਚ ਸ਼ਹੀਦ ਹੋ ਗਏ ਸਨ। ਉਹਨਾਂ ਮੰਗ ਕੀਤੀ ਹੈ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਪੀੜਿਤ ਪਰਿਵਾਰਾਂ ਨੂੰ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਰੈੱਡ ਕਾਰਡ ਬਣਵਾ ਕੇ ਦਿੱਤੇ ਜਾਣ ਤਾਂ ਕਿ ਉਹ ਆਪਣੇ ਰੈੱਡ ਕਾਰਡ ਦਾ ਫਾਇਦਾ ਲੈ ਸਕਣ। ਹਾਂਜੀ, ਤੁਹਾਡਾ ਨਾਮ ਜੀ? ਮੇਰਾ ਨਾਮ ਚਰਨਜੀਤ ਕੌਰ। ਸਭ ਤੋਂ ਪਹਿਲੇ ਦੱਸੋ ਕਿ ਤੁਹਾਡੇ ਕੌਣ ਸ਼ਹੀਦ ਹੋਏ ਸੀ, ਕਦੋਂ ਹੋਏ ਸੀ ਔਰ ਕੀ ਮੰਗ ਹੈ ਤੁਹਾਡੀ? ਠੀਕ ਹੈ ਜੀ, ਮੇਰੇ ਪਤੀ 27/91 ਨੂੰ ਇੱਕ ਬਹੁਤ ਵੱਡੇ ਮੁਕਾਬਲੇ ਵਿੱਚ ਸ਼ਹੀਦ ਹੋਏ ਸਨ ਅਤੇ ਪੰਜਾਬ ਪੁਲਿਸ ਵਿੱਚ ASI ਬਤੌਰ ਡਿਊਟੀ ਨਿਭਾ ਰਹੇ ਸੀ ਅਤੇ ਸਾਡੀ ਹੁਣ ਇਹ ਮੰਗ ਹੈ ਕਿ ਜਿਸ ਤਰ੍ਹਾਂ ਆਪਣੇ ਕੈਪਟਨ ਸਾਹਿਬ ਨੇ 19/10/17 ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਬੁਲਾ ਕੇ ਸ਼ਹੀਦ ਪਰਿਵਾਰਾਂ ਦੀ ਫੰਕਸ਼ਨ ਕੀਤਾ ਸੀ ਛੋਟਾ ਜਿਹਾ, ਉਹਦੇ 'ਚ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਸ਼ਹੀਦ ਪਰਿਵਾਰਾਂ ਨੂੰ ਛੇਤੀ ਤੋਂ ਛੇਤੀ ਰੈੱਡ ਕਾਰਡ ਮੁਹੱਈਆ ਕੀਤੇ ਜਾਣਗੇ। 3 ਸਾਲ ਬੀਤਣ 'ਤੇ ਵੀ ਅਜੇ ਤੱਕ ਇਹ ਸਾਨੂੰ ਕਾਰਡ ਨਹੀਂ ਮਿਲੇ। ਜੇ ਸਾਡੀਆਂ ਬੀਬੀਆਂ ਦਫ਼ਤਰਾਂ ਵਿੱਚ ਜਾਂਦੀਆਂ ਨੇ ਤਾਂ ਉੱਥੇ ਦਫ਼ਤਰ ਵਾਲੇ ਕਹਿ ਦਿੰਦੇ ਬੀਬੀ ਸਾਡੇ ਕੋਲ ਇਹੋ ਜਿਹੀ ਕੋਈ ਚਿੱਠੀ ਨਹੀਂ ਆਈ ਜਿਹਦੇ ਮੁਤਾਬਕ ਤੁਹਾਨੂੰ ਕਾਰਡ ਬਣਾ ਕੇ ਦਿੱਤੇ ਜਾਣ। ਅਤੇ ਅਸੀਂ ਇਹੋ ਹੀ ਮਤਲਬ ਉਮੀਦ ਕਰਦੇ ਹਾਂ ਕਿ ਇਹ ਸਾਡਾ ਸੁਨੇਹਾ ਜਿਹੜਾ ਹੈ ਕੈਪਟਨ ਸਾਹਿਬ ਤੱਕ ਪਹੁੰਚੇ ਅਤੇ ਸਾਡੇ ਸ਼ਹੀਦ ਪਰਿਵਾਰਾਂ ਦੀ ਦੁੱਖ ਨੂੰ ਮਹਿਸੂਸ ਕਰਦੇ ਹੋਏ ਜਲਦੀ ਇਹ ਸਾਨੂੰ ਕਾਰਡ ਮੁਹੱਈਆ ਕੀਤੇ ਜਾਣ। ਦੂਸਰੀ ਮੇਰੀ ਇੱਕ ਇਹ ਮੰਗ ਹੈ ਕਿ ਜਿਹੜੇ 2004 ਤੋਂ ਬਾਅਦ 'ਚ ਭਰਤੀ ਹੋਏ ਨੇ, ਜੇ ਫਰਜ਼ ਕੀਤਾ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਨੂੰ ਵੀ ਕੁਛ ਨਹੀਂ ਮਿਲਦਾ। ਹੁਣ ਮੈਂ ਹੀ ਖੁਦ, ਮੇਰਾ ਬੇਟਾ ਆਪਣੇ ਪਾਪਾ ਦੀ ਜਗ੍ਹਾ 'ਤੇ ਭਰਤੀ ਹੋਇਆ ਸੀ ਆਪਣੇ ਪਿਤਾ ਦੀ ਜਗ੍ਹਾ 'ਤੇ, ਪਰ 2015 ਦੇ ਵਿੱਚ ਮੇਰੇ ਬੇਟੇ ਦੀ ਡੈਥ ਹੋ ਗਈ। ਛੋਟੇ ਛੋਟੇ ਉਹਦੇ 2 ਬੱਚੇ ਨੇ, ਮੇਰੀ ਨੂੰਹ ਨੂੰ ਕੋਈ ਪੈਨਸ਼ਨ ਵੀ ਨਹੀਂ ਮਿਲਦੀ ਅਤੇ ਇੱਥੇ ਦੱਸਿਆ ਜਾਏ ਕਿ ਉਹ ਕੀ ਖਾਵੇ, ਕਿੱਦਾਂ ਗੁਜ਼ਾਰਾ ਆਪਣੇ ਬੱਚਿਆਂ ਦਾ ਕਰੇ। ਮੈਂ ਇਹ ਚਾਹੁੰਦੀ ਹਾਂ ਕਿ ਚਲੋ ਡੈਥ ਵਾਲਿਆਂ ਦੀ ਵੀ ਲਾਈ ਜਾਏ ਪਰ ਜਿਹੜੇ ਦੂਸਰੇ ਵੀ ਨੇ ਪੁਰਾਣੀ ਪੈਨਸ਼ਨ ਜ਼ਰੂਰ ਬਹਾਲ ਹੋਣੀ ਚਾਹੀਦੀ ਹੈ ਅਤੇ ਸਾਡੇ ਸ਼ਹੀਦ ਪਰਿਵਾਰ। ਦੂਸਰੀ ਗੱਲ ਇਹ ਹੈ ਜਿਨ੍ਹਾਂ ਨੂੰ ਗਲੈਂਟਰੀ ਮੈਡਲ ਮਿਲੇ ਨੇ, ਪੰਜਾਬ ਸਰਕਾਰ ਨੇ ਵੱਖਰੇ ਤੌਰ 'ਤੇ ਉਹਨਾਂ ਦਾ ਕੁਝ ਸ਼ਹੀਦ ਪਰਿਵਾਰਾਂ ਦਾ ਨਹੀਂ ਸੋਚਿਆ। ਪੰਜਾਬ ਪੁਲਿਸ ਦੇ ਸ਼ਹੀਦਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਆਪਣੇ ਬੱਚੇ ਯਤੀਮ ਕਰਕੇ ਪੰਜਾਬ 'ਚ ਖੁਸ਼ਹਾਲੀ ਲਿਆਂਦੀ, ਪਰ ਪੰਜਾਬ ਸਰਕਾਰ ਨੇ ਜਿਨ੍ਹਾਂ ਨੂੰ ਗਲੈਂਟਰੀ ਮੈਡਲ ਮਿਲੇ ਸੀ ਉਹਨਾਂ ਨੂੰ ਵਿਸ਼ੇਸ਼ ਪਤਾ ਕਿ ਕਿਸੇ ਕਿਸਮ ਦਾ ਦਿੱਤਾ ਨਹੀਂ ਜਾ ਰਿਹਾ, ਜਦੋਂ ਕਿ ਆਰਮੀ ਵਾਲੇ ਸਾਡੇ ਵੀਰਾਂ ਦੀਆਂ ਵਿਧਵਾਵਾਂ ਨੂੰ ਜਾਂ ਸਾਡੇ ਵੀਰਾਂ ਨੂੰ ਸੈਂਟਰ ਵੱਖਰਾ ਭੱਤਾ ਦੇ ਰਹੀ ਹੈ, ਪੰਜਾਬ ਸਰਕਾਰ ਵੱਖਰਾ ਦੇ ਰਿਹਾ। ਇੱਥੇ ਇਹ ਵੀ ਹੈ ਸਾਡੇ ਬੱਚਿਆਂ ਵਾਸਤੇ ਵੀ ਗਲੈਂਟਰੀ ਮੈਡਲ ਵਾਲਿਆਂ ਵਾਸਤੇ ਕੋਈ ਵਿਸ਼ੇਸ਼ ਵੱਖਰਾ ਕੋਈ ਇਹੋ ਜਿਹਾ ਨਹੀਂ ਰੂਲ ਹੈਗਾ ਕਿ ਜਾਂ ਇਹਨਾਂ ਨੂੰ ਕੋਈ ਵੱਖਰੀ ਸਹੂਲਤ ਦਿੱਤੀ ਜਾਵੇ। ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਨਵੀਂ ਪੈਨਸ਼ਨ ਸਕੀਮ ਅਧੀਨ ਉਹਨਾਂ ਦੇ ਬੱਚਿਆਂ ਦਾ ਸੋਚਿਆ ਜਾਏ, ਉਹਨਾਂ ਦੀਆਂ ਵਿਧਵਾਵਾਂ ਨੂੰ ਫੈਮਿਲੀ ਪੈਨਸ਼ਨ ਲਾਈ ਜਾਏ। ਹਾਂਜੀ, ਮੈਂ ਬੁਲੰਦ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ।